ਗੋਡਿਆਂ ਦੇ ਵਿੱਚ ਦਰਦ ਦੀ ਸ਼ਿਕਾਇਤਾਂ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਬਹੁਤ ਆਉਂਦੀਆਂ ਹੋਣਗੀਆਂ, ਅਸੀਂ ਵੀ ਆਲੇ ਦੁਆਲੇ ਬਹੁਤ ਸੁਣਦੇ ਹਾਂ, ਇਹ ਕੀ ਕਾਰਨ ਹੈ? ਸਾਡਾ ਜਿਹੜਾ ਲਾਈਫ ਸਟਾਈਲ ਇਸ ਤਰੀਕੇ ਦਾ ਹੋ ਗਿਆ, ਅਸੀਂ ਲੋਕੀ ਵਿਟਾਮਿਨ ਡੀ ਨਹੀਂ ਲੈ ਪਾ ਰਹੇ, ਅਸੀਂ ਧੁੱਪੇ ਨਹੀਂ ਜਾਂਦੇ। ਇਹ ਦੋ ਚੀਜ਼ਾਂ ਜਿਹੜੀਆਂ ਕਾਮਨ ਨੇ, ਜਿਹੜੀਆਂ ਬੱਚਿਆਂ 'ਚ ਨੇ ਔਰ ਜਿਨ੍ਹਾਂ ਦੇ ਨਾਲ ਆਪਣੇ ਗੋਡਿਆਂ ਦੇ ਜੋੜ ਜਾਂ ਬਾਕੀ ਜੋੜ ਵੀ ਦੁਖਦੇ ਆ। ਖਾਣ ਪੀਣ ਵਿੱਚ ਅਸੀਂ ਕਿਸ ਚੀਜ਼ ਦੀ ਕਮੀ ਹੁੰਦੀ ਹੈ ਜਿਹਦੇ ਕਾਰਨ ਇਹ ਦਰਦ ਆ ਜਾਂਦਾ? ਕਿ ਅਸੀਂ ਹਰੀਆਂ ਸਬਜ਼ੀਆਂ ਨਹੀਂ ਖਾਂਦੇ, ਦੁੱਧ ਨਹੀਂ ਪੀਂਦੇ, ਫਾਸਟ ਫੂਡ ਖਾਂਦੇ ਹਾਂ। ਇਹ ਮੇਨ ਕਮੀ ਹੈ ਕਿ ਜਿਹੜੇ ਸਾਡਾ ਘਰ ਦਾ ਖਾਣਾ ਉਹ ਘੱਟ ਖਾਂਦੇ ਨੇ ਬੱਚੇ। ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡਾ ਬਾਡੀ ਦਾ ਮੈਟਾਬੋਲਿਜ਼ਮ ਬੈਟਰ ਹੁੰਦਾ ਹੈ, ਤੁਸੀਂ ਬੈਟਰ ਫੀਲ ਕਰੋਗੇ, ਪਰ ਤੁਹਾਨੂੰ ਨਾਲ ਡਾਈਟ 'ਤੇ ਜ਼ਰੂਰ ਧਿਆਨ ਦੇਣਾ। ਕੁਛ ਇੱਕ ਫਰੂਟ ਜਿਵੇਂ ਅੱਜ ਕੱਲ੍ਹ ਹੁਣ ਅੰਬ ਆ ਜਾਣਾ, ਉਹਦੇ ਵਿੱਚ ਕੈਲਸ਼ੀਅਮ ਠੀਕ ਹੁੰਦਾ, ਪਰ ਜਿਹੜਾ ਵਿਟਾਮਿਨ D3 ਆ ਉਹ ਸਾਨੂੰ ਸਨਲਾਈਟ ਦੇ ਐਕਸਪੋਜ਼ਰ ਤੋਂ ਬਿਨਾਂ ਨਹੀਂ ਮਿਲਦਾ। ਅੱਜ ਕੱਲ੍ਹ ਜੋ ਸਟੱਡੀਜ਼ ਆ ਰਹੀਆਂ ਨੇ, ਪੰਜਾਬ ਦੇ ਵਿੱਚ 90% ਲੋਕਾਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਪਾਈ ਗਈ ਹੈ। ਹਾਂਜੀ, ਸੋ ਉਹ ਸਾਡੀ ਖੁਰਾਕ ਦੀ ਅਤੇ ਸਨਲਾਈਟ ਦੇ ਐਕਸਪੋਜ਼ਰ ਦੀ ਕਮੀ ਕਰਕੇ ਹੀ, ਹੋਰ ਤਾਂ ਕੋਈ ਵਜ੍ਹਾ ਹੈ ਨਹੀਂ। ਪਰ ਮੈਂ ਅਕਸਰ ਆ ਵੀ ਸੁਣਿਆ ਜੇ ਖੜਕੇ ਪਾਣੀ ਪੀਓ ਤਾਂ ਗੋਡਿਆਂ 'ਚ ਲੱਗ ਜਾਂਦਾ, ਉਹ ਵੀ ਨੁਕਸਾਨਦੇਹ ਹੁੰਦੇ? ਪਰ ਗੋਡਿਆਂ ਦੇ ਵਿੱਚ ਉਹ ਖੜ੍ਹੇ ਬਹਿ ਕੇ ਹੁਣ ਪੀਣ ਨਾਲ ਜਾਂ ਬੈਠ ਕੇ ਕੋਈ ਫਰਕ ਨਹੀਂ ਹੈ, ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ। ਥੋੜ੍ਹਾ ਲਾਈਫ ਸਟਾਈਲ ਚੇਂਜ ਕਰਨਾ ਚਾਹੀਦਾ। ਲਾਈਫ ਸਟਾਈਲ ਇਸ ਤਰ੍ਹਾਂ ਕਿ ਅੱਜ ਕੱਲ੍ਹ ਬੱਚੇ ਘਰਾਂ ਦੇ ਵਿੱਚ ਹੀ ਗੇਮਾਂ ਖੇਡਦੇ ਨੇ, ਬਾਹਰ ਜਾਂਦੇ ਨਹੀਂ, ਸਾਰਾ ਕੰਪਿਊਟਰ 'ਤੇ ਜਾਂ ਮੋਬਾਈਲਸ 'ਤੇ ਗੇਮਸ ਖੇਡਦੇ ਨੇ। ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ 'ਚ ਆਉਣਾ ਚਾਹੀਦਾ, ਫਿਜ਼ੀਕਲ ਖੇਡਾਂ ਖੇਡਣੀਆਂ ਚਾਹੀਦੀਆਂ, ਜਿਨ੍ਹਾਂ ਨੂੰ ਆਪਾਂ ਆਊਟਡੋਰ ਗੇਮਸ ਵੀ ਕਹਿੰਦੇ ਹਾਂ। ਗਰਦਨ ਦੀ ਦਰਦ, ਅੱਖਾਂ ਦੇ ਵਿੱਚ ਖੁਸ਼ਕੀ, ਹੈਡੇਕ, ਇਹ ਸਾਰੀਆਂ ਚੀਜ਼ਾਂ ਇਹਦੇ ਕਰਕੇ ਹੋਈਆਂ ਨੇ ਕਿਉਂਕਿ ਸਕਰੀਨ ਟਾਈਮ ਬਹੁਤ ਜ਼ਿਆਦਾ ਹੋ ਗਿਆ। ਲੌਂਗ ਸਕਰੀਨ ਟਾਈਮਸ ਨਾਲ ਇਹ ਨੁਕਸਾਨ ਹੋ ਰਿਹਾ, ਲੋਕਡਾਊਨ ਦਾ ਸਾਈਡ ਇਫੈਕਟ ਆਪਾਂ ਕਹਿ ਸਕਦੇ ਹਾਂ, ਇਹ ਸਾਰੇ ਲੋਕਡਾਊਨ ਦੇ ਸਾਈਡ ਇਫੈਕਟ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਨੂਰ ਤਵਨ, ਸਵਾਗਤ ਹੈ ਤੁਹਾਡਾ ਸਾਡੇ ਨੈਕਸਟ ਐਪੀਸੋਡ ਦ ਹੈਲਥ ਆਰ ਦੇ ਵਿੱਚ। ਅਤੇ ਅੱਜ ਅਸੀਂ ਗੱਲ ਕਰਾਂਗੇ, ਡਾਕਟਰ ਮਨਮੋਹਨ ਸਿੰਘ ਸਾਡੇ ਨਾਲ ਮੌਜੂਦ ਨੇ, ਅੱਜ ਅਸੀਂ ਗੱਲ ਕਰਾਂਗੇ ਗੋਡਿਆਂ ਦੇ ਦਰਦ ਬਾਰੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਡਾਕਟਰ ਮਨਮੋਹਨ ਸਿੰਘ, ਔਰਥੋਪੈਡਿਕ ਸਰਜਨ ਵਿਦ ਅਪਰੋਕਸੀਮੇਟਲੀ 20 ਈਅਰਸ ਐਕਸਪੀਰੀਅੰਸ ਇਨ ਮਾਈ ਫੀਲਡ। ਅਸੀਂ ਅੱਜ ਗੋਡਿਆਂ ਦੀ ਪੇਨ ਬਾਰੇ ਕੁਛ ਆਪਾਂ ਵਿਚਾਰ ਸਾਂਝੇ ਕਰਾਂਗੇ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਪਹਿਲੇ ਤਾਂ ਸਿਰਫ ਬਜ਼ੁਰਗਾਂ 'ਚ ਹੀ ਦਰਦ ਦੇਖਣ ਨੂੰ ਮਿਲਦਾ ਸੀਗਾ, 40-45 ਸਾਲ ਦੀ ਉਮਰ ਤੋਂ ਬਾਅਦ ਦਰਦ ਆਉਣਾ ਸ਼ੁਰੂ ਹੋ ਜਾਂਦਾ ਸੀ, ਹੁਣ ਬੱਚਿਆਂ 'ਚ ਵੀ ਆਉਂਦਾ, ਅਤੇ ਇਹਦੀ ਜੜ ਕਿੱਥੋਂ ਸ਼ੁਰੂ ਹੁੰਦੀ ਹੈ? ਗੋਡਿਆਂ ਦੇ ਵਿੱਚ ਦਰਦ ਦੀ ਸ਼ਿਕਾਇਤਾਂ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਬਹੁਤ ਆਉਂਦੀਆਂ ਹੋਣਗੀਆਂ, ਅਸੀਂ ਵੀ ਆਲੇ ਦੁਆਲੇ ਬਹੁਤ ਸੁਣਦੇ ਹਾਂ, ਇਹ ਕੀ ਕਾਰਨ ਹੈ? ਜੋ ਗੋਡਿਆਂ ਦੀ ਦਰਦ ਹੈ, ਪਹਿਲਾਂ ਆਮ ਟ੍ਰੈਡੀਸ਼ਨਲੀ ਆਪਾਂ ਸੁਣਦੇ ਹਾਂ ਵੀ ਓਲਡ ਏਜ ਦੇ ਵਿੱਚ ਓਲਡ ਏਜ ਰਿਲੇਟਡ ਪ੍ਰੋਬਲਮ ਹੈ, ਔਰ ਮੈਜੋਰਟੀ ਆਫ ਪੇਸ਼ੈਂਟਸ ਹਲੇ ਵੀ ਉਸ ਉਮਰ 'ਚ ਹੁੰਦੇ ਨੇ। ਆਮ ਤੌਰ 'ਤੇ ਇਹ 40-45 ਤੋਂ ਸ਼ੁਰੂ ਹੋ ਜਾਂਦੀ ਹੈ ਔਰ ਅੱਗੇ ਕੰਟੀਨਿਊ ਕਰਦੀ ਆ, ਪਰ ਹੁਣ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ, ਬਿਲਕੁਲ ਆ ਰਹੀ ਹੈ, ਕਿਉਂਕਿ ਬੱਚਿਆਂ ਦਾ ਜੋ ਡਾਇਟਰੀ ਪੈਟਰਨ ਆ ਨਾ ਅੱਗੇ ਨਾਲੋਂ ਕਾਫੀ ਚੇਂਜ ਹੋ ਗਿਆ। ਸਾਡਾ ਜਿਹੜਾ ਲਾਈਫ ਸਟਾਈਲ ਇਸ ਤਰੀਕੇ ਦਾ ਹੋ ਗਿਆ ਕਿ ਅਸੀਂ ਲੋਕ ਵਿਟਾਮਿਨ ਡੀ ਨਹੀਂ ਲੈ ਪਾ ਰਹੇ, ਅਸੀਂ ਧੁੱਪੇ ਨਹੀਂ ਜਾਂਦੇ। ਜੇ ਤੁਸੀਂ ਧੁੱਪੇ ਨਹੀਂ ਜਾਂਦੇ ਤਾਂ ਸਾਨੂੰ ਵਿਟਾਮਿਨ ਡੀ ਐਕਟਿਵ ਫਾਰਮ 'ਚ ਨਹੀਂ ਮਿਲਦਾ, ਜਿਹੜਾ ਕਿ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਵਿੱਚ ਇਸ ਦੀ ਬਹੁਤ ਵੱਡੀ ਵਜ੍ਹਾ ਹੈ। ਔਰ ਦੂਸਰੀ ਵਜ੍ਹਾ, ਬੱਚਿਆਂ 'ਚ ਕੈਲਸ਼ੀਅਮ ਦੀ ਡੈਫੀਸ਼ੀਐਂਸੀ। ਇਹ ਦੋ ਚੀਜ਼ਾਂ ਜਿਹੜੀਆਂ ਕਾਮਨ ਨੇ, ਜਿਹੜੀਆਂ ਬੱਚਿਆਂ 'ਚ ਨੇ ਔਰ ਜਿਨ੍ਹਾਂ ਦੇ ਨਾਲ ਆਪਣੇ ਗੋਡਿਆਂ ਦੇ ਜੋੜ ਜਾਂ ਬਾਕੀ ਜੋੜ ਵੀ ਦੁਖਦੇ ਹਨ। ਹਾਂਜੀ, ਖਾਣ ਪੀਣ ਵਿੱਚ ਅਸੀਂ ਕਿਸ ਚੀਜ਼ ਦੀ ਕਮੀ ਹੁੰਦੀ ਹੈ ਜਿਹਦੇ ਕਾਰਨ ਇਹ ਦਰਦ ਆ ਜਾਂਦਾ? ਖਾਣ ਪੀਣ ਦੇ ਵਿੱਚ ਜੋ ਸਾਡੇ ਛੋਟੇ ਬੱਚੇ ਨੇ, ਸੇ ਕਿ 15 ਸਾਲ ਤੱਕ, ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਔਰ ਵਿਟਾਮਿਨ ਡੀ ਦੀ ਕਮੀ, ਇਹ ਦੋ ਚੀਜ਼ਾਂ ਦੀ ਕਮੀ ਹੈ, ਜਿਹੜੀਆਂ ਕਿ ਤਾਂ ਹੁੰਦੀਆਂ ਨੇ ਕਿ ਅਸੀਂ ਹਰੀਆਂ ਸਬਜ਼ੀਆਂ ਨਹੀਂ ਖਾਂਦੇ, ਦੁੱਧ ਨਹੀਂ ਪੀਂਦੇ, ਫਾਸਟ ਫੂਡ ਖਾਂਦੇ ਹਾਂ। ਇਹ ਮੇਨ ਕਮੀ ਹੈ ਕਿ ਜਿਹੜੇ ਸਾਡਾ ਘਰ ਦਾ ਖਾਣਾ ਉਹ ਘੱਟ ਖਾਂਦੇ ਨੇ ਬੱਚੇ, ਔਰ ਉਹਦੇ ਵਿੱਚ ਵੀ ਹਰੇ ਪੱਤੇ ਵਾਲੀਆਂ ਸਬਜ਼ੀਆਂ ਅਤੇ ਦੁੱਧ ਦੇ ਪ੍ਰੋਡਕਟ ਉਹ ਜ਼ਿਆਦਾ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਇਹ ਹੁੰਦੀ ਹੈ। ਔਰ ਤੀਸਰਾ, ਜਿਹੜੇ ਵੈਜੀਟੇਰੀਅਨ ਹੁੰਦੇ ਨੇ, ਕਿਉਂਕਿ ਨੋਨ ਵੈਜ ਫੂਡ ਦੇ ਵਿੱਚ ਕੈਲਸ਼ੀਅਮ ਸਾਨੂੰ ਕਾਫੀ ਸਫੀਸ਼ੈਂਟ ਅਮਾਊਂਟ ਵਿੱਚ ਮਿਲ ਜਾਂਦਾ, ਔਰ ਵੈਜੀਟੇਰੀਅਨ ਡਾਇਟ ਵਿੱਚ ਥੋੜ੍ਹਾ ਘੱਟ ਹੁੰਦਾ, ਉਹਨੂੰ ਸਾਨੂੰ ਦੁੱਧ ਨੂੰ ਲੈ ਕੇ ਕੰਪਨਸੇਟ ਕਰਨਾ ਪੈਂਦਾ, ਪਰ ਆਪਾਂ ਲੈਂਦੇ ਨਹੀਂ। ਹਾਂਜੀ, ਇਹ ਮੇਨ ਵਜ੍ਹਾ ਹੈ ਜੀ ਬੱਚਿਆਂ ਦੇ ਵਿੱਚ ਵੀ ਇਹ ਨਹੀਂ ਹੁੰਦੇ। ਹਾਂ, ਬਹੁਤੇ ਬੱਚਿਆਂ ਦੇ ਵਿੱਚ ਇਹੀ ਹੈ, ਹਾਲਾਂਕਿ ਕੁਛ ਇੱਕ ਬਿਮਾਰੀਆਂ ਵੀ ਹੁੰਦੀਆਂ ਨੇ ਜਿਹੜੀਆਂ ਬੱਚਿਆਂ 'ਚ ਹੋ ਸਕਦੀਆਂ ਨੇ। ਬੱਚਿਆਂ ਦੇ ਵਿੱਚ JRA ਇੱਕ ਜਿਹੜੀ ਹੁੰਦੀ ਹੈ ਬਿਮਾਰੀ, ਔਰ ਦੂਸਰਾ ਇੱਕ ਰੋਮੈਟਿਕ ਫੀਵਰ ਹੁੰਦਾ ਹੈ, ਪਰ ਇਹਨਾਂ ਦੀ ਜਿਹੜੀ ਪਰਸੈਂਟੇਜ ਬਹੁਤ ਘੱਟ ਹੈ। ਆਮ ਬੱਚਿਆਂ ਦਾ ਉਹ ਜਿਹੜਾ ਸਾਡੇ ਕੋਲ ਰਿਪੋਰਟ ਕਰੇਗਾ, ਜ਼ਿਆਦਾਤਰ ਉਹਦੇ ਵਿੱਚ ਕੈਲਸ਼ੀਅਮ ਜਾਂ ਵਿਟਾਮਿਨ ਡੀ ਦੀ ਕਮੀ ਹੀ ਮੇਨ ਵਜ੍ਹਾ ਹੁੰਦੀ ਹੈ ਜੁਆਇੰਟ ਪੇਨਸ ਦੀ, ਔਰ ਉਹਨਾਂ ਵਿੱਚੋਂ ਗੋਡਿਆਂ ਦਾ ਮੇਨ ਇਨਵੋਲਵ ਹੁੰਦਾ। ਅਤੇ ਇਹਨੂੰ ਕਿਸੇ ਐਕਸਰਸਾਈਜ਼ ਦੇ ਨਾਲ ਵੀ ਠੀਕ ਕੀਤਾ ਜਾ ਸਕਦਾ? ਹਾਂ, ਐਕਸਰਸਾਈਜ਼ ਸਾਨੂੰ ਹੈਲਪ ਕਰ ਸਕਦੀ ਹੈ, ਪਰ ਇਹ ਸਾਡੀ ਵਿਟਾਮਿਨ ਡੀ ਜਾਂ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਨਹੀਂ ਪੂਰੀ ਕਰ ਸਕਦੀ। ਹਾਂ, ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡਾ ਬਾਡੀ ਦਾ ਮੈਟਾਬੋਲਿਜ਼ਮ ਬੈਟਰ ਹੁੰਦਾ ਹੈ, ਤੁਸੀਂ ਬੈਟਰ ਫੀਲ ਕਰੋਗੇ, ਪਰ ਤੁਹਾਨੂੰ ਨਾਲ ਡਾਈਟ 'ਤੇ ਜ਼ਰੂਰ ਧਿਆਨ ਦੇਣਾ ਪਏਗਾ। ਔਰ ਜਿਨ੍ਹਾਂ ਦੇ ਵਿੱਚ ਇੱਕ ਵਾਰੀ ਕਮੀ ਹੋ ਜਾਂਦੀ ਹੈ ਤਾਂ ਤੁਹਾਨੂੰ ਸਪਲੀਮੈਂਟ ਲੈ ਬਿਨਾਂ ਕੰਮ ਚੱਲਦਾ ਨਹੀਂ, ਤੁਹਾਨੂੰ ਲੈਣੇ ਪੈਂਦੇ ਨੇ, ਚਾਹੇ ਉਹ ਵਿਟਾਮਿਨ ਡੀ ਹੋਵੇ ਚਾਹੇ ਕੈਲਸ਼ੀਅਮ ਹੋਵੇ।
तो मतलब कि जो आप खान पीन की गल करिए तो कैल्शियम तो विटामिन डी अपने खान पीन अपनी डाइट किस तरह इंक्लूड करके इसकी कमी पूरी कर सकते जेडे तो वैजीटेरियन लोग ने उन्होंने थोड़ा हमेशा ही दिक्कत आएगी कैल्शियम के पर फिर भी दुध वाले प्रोडक्ट हरे पत्ते वाली सब्जियां कुछ एक फ्रूट जिवें अजक हूँ अंब आ जाना वेद कैल्शियम ठीक हों पर जो विटामिन डी थ्री है सानू सनलाइट के एक्सपोजर तो बिना नहीं मिलता वो जे असी पूरी खुराक भी खावे पर वो क्योंकि कैमिकल रिएक्शन धुप्प की प्रेजेंस में हों सनलाइट के एक्सपोजर तो बिना बनना नहीं तो सानू खाना पैना उत्तों की आर्टिफिशियली खाना पड़ेगा बच्चों की वो बड़ी आती है रीजन आता है कि धुप्प नहीं बहना टैनिंग हो जाएगी हाँ अगर टैनिंग होंगी अभी तो कोई नुकसानदेह नहीं है जिनी धुप्प अपने पैंती है बैठा जा सकता हाँ गर्मी के थोड़ी दिक्कत आती है पर एटलीस्ट जो तुम सर्दियाँ आते हो तो तुम एक दो घंटे धुप्पे बैठ सकते हो तो फायदा ही करेगा डॉक्टर साहब मैं आई अक्सर सुने कि गर्मिया की धुप्प फायदेमंद नहीं होंगी सर्दियों की धुप्प लेनी चाहिए पता नहीं सही है कि गलत है बट तुम नहीं कोई ये बहुत ज़्यादा डिफरेंस नहीं होंगे दोनों धुप्पा ही फायदेमंद है पर गर्मियों में आप इस करके अवॉइड करते हैं कि गर्मी के टैंपरेचर इन्ना ज़्यादा होंगे कि शायद असं टॉयलेट नहीं कर पाते और उन्होंने दिनों के सप्लीमेंट लैके एक्सट्रा लै सकते हो विटामिन डी अपने को बड़ा ईजीली अवेलेबल है तुसी चाहे वीकली डोज़ लै लो चाहे डेली डोज़ लै दोनों अवेलेबल ने तो वो सानू अक्सर लेने पैंदे ने अजकल जो स्टडीज़ आ रही ने पंजाब दे विच 90% लोगों के विटामिन डी की कमी पाई गई है हाँ जी सो वो साड़ी खुराक की तो सनलाइट के एक्सपोजर की कमी करके ही होर तो कोई वजह है नहीं सो वो सानू सप्लीमेंट लेने पैने जे असीं धुप्पे नहीं बहिंदे एक होर सवाल तुहानूं पुछना चाहवांगी ज़्यादातर तो मिथ्स ही वैसे फैलदी है पर मैं अक्सर आ भी सुनिया जे खड़के पानी पीओ तो गोड्या च लग जांदा उहदी उह भी नुकसानदेह हुंदे नहीं देखो एटलीस्ट गोड्या नाल तां उहदा कोई रिलेशन नहीं है वैसे कोई वो हेल्प होवे आयुर्वेदिक दे अकॉर्डिंगली मैं नहीं दस सकता पर गोड्या दे विच खड़े बह के खून पीण नाल या बैठ के कोई फर्क नहीं है उहदे विच कोई डिफरेंस नहीं आएगा थोड़ा कहना है कि हुण डाइट जे आपां सही करिए अपनी कैल्शियम ते विटामिन डी प्रॉपर सही मात्रा दे लईए तां आपां जोड़ां दे दर्द तो छुटकारा पा सकते हैं मतलब बच्चों छोटी उम्र तो ही डाइट में इंक्लूड करना चाहिए आपां नूं इन्हां नूं डाइट में भी इंक्लूड करना चाहिए और थोड़ा लाइफ स्टाइल चेंज करना चाहिए लाइफ स्टाइल इस तरह कि अजकल बच्चे घरां दे विच ही गेमां खेडदे ने बाहर जांदे नहीं सारा कंप्यूटर ते या मोबाइल्स ते गेम्स खेडदे ने उन्हां नूं फिजिकल एक्टिविटी च आना चाहिए फिजिकल खेडां खेडनियां चाहीदियां जिन्हां नूं आपां आउटडोर गेम्स भी कहिंदे आ चाहे उह कोई भी होवे उन्हां नूं जिहड़ा बाहर खेडना वह बैनीफिट होएगा रादर के घर बैठ के कंप्यूटर पर काम करम तो चलो बंदे कर सकते हैं बच्चे कर सकते हैं पर एटलीस्ट गेम्स जिहड़ियां ने ज़्यादा तो ज़्यादा आउटडोर गेम्स खेडन तो उन्होंने हमेशा डेफिनेटली बेनीफिट होएगा मतलब कि हुण जिहड़ा साडा लॉकडाउन भी सीगा तां घर ही बैठे हुए सीगे हुण वैसे भी बच्चे ऑनलाइन क्लासेस कर रहे तां भी घर बैठे हुए है तो जिहड़े उह स्क्रीन ते भी बैठे रहिंदे काफ़ी समय लगातार 6-6 घंटे बच्चे की ऑनलाइन क्लास रही तो कितने ना कि उन्होंने सेहत पर इफेक्ट पाएगा उन्होंने बहुत असर पै रहा है ना कि सिर्फ थोड़े जॉइंट्स से उन्होंने मसल्स से और बहुत सारिया कंप्लेंट्स इन्होंने दिनों के जो असी देखिया ने गर्दन की दर्द अखा के खुशकी हैडेक यह सारिया चीज़ा ये करके हुई ने क्योंकि स्क्रीन टाइम बहुत ज़्यादा हो गया है बच्चों की आईसाइट में फर्क आया उन्होंने अकोमोडेशन प्रॉब्लम आई है लोंग स्क्रीन टाइम्स नाल यह नुकसान हो रहा है लॉकडाउन का साइड इफेक्ट आप कह सकते हैं ये सारे लॉकडाउन के साइड इफेक्ट ने जिन्ना हो सके जिन्ना जल्दी हो सके बच्चों स्कूल भेजना चाहिए या आना चाहिए हालांकि जिनी देर हुण करोना दोबारा तो बढ़ रहा है ये मुश्किल लग रही है पर हाँ ये आप बच्चे ये कर सकते हैं भी जो कंप्यूटर पर बैठना ही है तो वह हर 30 मिनट बाद 30 सैकेंड की ब्रेक लैन जिदे अखा दूरों दूर तक किसी चीज़ को देखन और अपनी गर्दन दियाँ थोड़ियाँ एक्सरसाइजेस कर लैन ता कि उन्होंने ये प्रॉब्लम घट्टो घट होन जरूर पर घट जाएगियाँ अभी असं अक्सर सुने कि घ्यो घट खाओ तो फिर जोड़ा च दर्द निकल आंदा है ये भी कोई है कोई सिग्निफिकेंट नहीं नहीं घ्यो दे नाल देखो कोई इन्ना नहीं कोई रिलेशन है बट हाँ आपां नूं अपनी हैल्थ लई वैसे जिहड़े रिकमेंडेशनज आ डाइटिशियन दे भी जिहड़े आपां तेल वरतने बदल बदल के खाने चाहिए ने कैमिकली रिफाइंड नहीं खाने चाहिए अपना देसी घी हले भी गोल्ड स्टैंडर्ड असी कह सकते हैं खुराक दे विच बाकी जिन्हें भी घ्यो ने या तेल ने वो तुसी इहदे नाल ही कंपेयर कर सकते हो सो गोल्ड स्टैंडर्ड हले भी देसी घी है उस तो बिना ओलिव ऑयल या फिजिकली रिफाइंड जिहड़ा अपना राइस ब्रैन ऑयल हुंदा इस चंगे ने पर जो रिकमेंडेशनस ने भी बदल बदल के खाने चाहिए ने बुजुर्गों नूं भी आई सब अपनी खुराक का हिस्सा बनाना चाहिए दुध वगैरह पीना चाहिए बिल्कुल जो बुजुर्ग ने उन्होंने दुध तो डेफिनेटली पीना चाहिए है जड़ा रूटीन की खुराक है अपनी जिदे विच हरे पत्ते दियां सब्जियां दालां
ਦਾਲਾਂ ਦੇ ਨਾਲ ਦਾਲਾਂ ਹਰੇ ਪੱਤੇ ਵਾਲੀਆਂ ਸਬਜ਼ੀਆਂ ਦੁੱਧ ਦੁੱਧ ਦੇ ਪ੍ਰੋਡਕਟਸ ਔਰ ਜਿਹੜੇ ਲੋਕ ਨੋਨ ਵੈਜ ਖਾਂਦੇ ਨੇ ਦੇਖੋ ਉਹਨਾਂ ਵਿੱਚ ਕੈਲਸ਼ੀਅਮ ਡੈਫੀਸ਼ੈਂਸੀ ਅਕਸਰ ਨਹੀਂ ਦੇਖੀ ਅਸੀਂ ਹਾਂਜੀ ਪ੍ਰੋਟੀਨ ਵੀ ਕਈ ਵਾਰ ਵੱਧ ਜਾਂਦਾ ਨਹੀਂ ਵੱਧਦਾ ਤਾਂ ਨਹੀਂ ਪਰ ਸਫੀਸ਼ੈਂਟ ਹੁੰਦਾ ਦੇਖੋ ਆਪਣਾ ਇੱਕ ਮਿਸਕਨਸੈਪਸ਼ਨ ਹੈ ਵੀ ਉਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੈ 25-26% ਪ੍ਰੋਟੀਨ ਹੁੰਦਾ ਜਿਹੜਾ ਚਿਕਨ ਵਗੈਰਾ ਆਪਾਂ ਖਾਂਦੇ ਹਾਂ ਔਰ ਦਾਲਾਂ ਦੇ ਵਿੱਚ ਵੀ 20-21% ਪ੍ਰੋਟੀਨ ਹੁੰਦਾ ਜੋ ਦਾਲਾਂ ਹੁੰਦੀਆਂ ਆਪਣੇ ਛਿਲਕੇ ਵਾਲੀਆਂ ਉਹਦੇ 'ਚ 20-21% ਤੱਕ ਪ੍ਰੋਟੀਨ ਹੁੰਦਾ ਸੋ ਇਹੋ ਜਿਹਾ ਨਹੀਂ ਕਿ ਉਹਨਾਂ 'ਚ ਵੱਧ ਜਾਂਦਾ ਪਰ ਉਹਨਾਂ ਲਈ ਠੀਕ ਰਹਿੰਦਾ ਉਹ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸਣ ਲਈ ਕਿ ਕਿੱਦਾਂ ਆਪਣੇ ਜੋੜਿਆਂ ਦੀ ਦਰਦ ਸਪੈਸ਼ਲੀ ਗੋਡਿਆਂ ਦਾ ਦਰਦ ਜਿਹੜਾ ਬਹੁਤ ਜ਼ਿਆਦਾ ਸਮੱਸਿਆਵਾਂ ਲੋਕ ਇਸ 'ਤੇ ਫੇਸ ਕਰਦੇ ਨੇ ਤਾਂ ਕਿਵੇਂ ਆਪਣੀ ਖੁਰਾਕ ਦੇ ਜ਼ਰੀਏ ਇਸ ਨੂੰ ਟ੍ਰੀਟ ਕਰ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਨ ਸਾਡੇ ਨਾਲ ਡਾਕਟਰ ਮਨਮੋਹਨ ਸਿੰਘ ਕੈਮਰਾਮੈਨ ਸਤਵੰਤ ਦੇ ਨਾਲ ਜਸਨੂਰ ਤਵਰ ਲੁਧਿਆਣਾ